ਦਾ ਮੇਲਾ ਸੀਗਾ ਅੱਜ ਸਮਾਪਤ ਹੋ ਗਿਆ ਤੇ ਜਿਹੜੀਆਂ ਬੱਕਰੀਆਂ ਪਹਿਲੇ ਦੂਜੇ ਤੀਜੇ ਚੌਥੇ ਨੰਬਰ ਤੇ ਆਈਆਂ ਨੇ ਉਹ ਬਾਈ ਆਪਣੇ ਲਵੇ ਬੈਠੇ ਨੇ ਸਾਰੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਮੇਲਾ ਕਿਵੇਂ ਲੱਗਿਆ ਤੇ ਬੱਕਰੀਆਂ ਦੀ ਜਿਹੜੀ ਤਿਆਰੀ ਆ ਉਹ ਕਿੰਨੇ ਦਿਨ ਪਹਿਲਾਂ ਕਰਨੀ ਪੈਂਦੀ ਆ ਅਸੀਂ ਗੱਲਾਂ ਬਾਤਾਂ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ। ਪਹਿਲਾਂ ਤਾਂ ਬਾਈ ਆਪਦਾ ਪਿੰਡ ਦੱਸ ਦਿਓ ਜਿਨ੍ਹਾਂ ਦੀ ਬੱਕਰੀ ਪਹਿਲੇ ਨੰਬਰ ਤੇ ਆਈ ਆ। ਪਿੰਡ ਸਰਾਵਾ ਠੀਕ ਆ ਤੇ ਜ਼ਿਲ੍ਹਾ ਮਲੇਰਕੋਟਲਾ ਦੂਜੇ ਨੰਬਰ ਤੇ ਬਾਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਠੀਕ ਆ ਤੇ ਤੀਜੇ ਨੰਬਰ ਵਾਲੇ ਉਹ ਹੈ ਨੀ ਨਾ ਉਹ ਉਧਰ ਨੇ ਨਾ ਚੌਥੇ ਤੇ ਆਈ ਆ ਚੌਥੇ ਤੇ ਆਈ ਆ ਸੋਨੂ ਗੌਂਡ ਫਾਰਮ ਦੀ ਨਾ ਜੀ ਪਸੌੜ ਪਸੌੜ ਪਿੰਡ ਪਸੌੜ ਵਧਾਈਆਂ ਨੇ ਸਾਰੇ ਪਹਿਲਾਂ ਤਾਂ ਪੰਜ ਮਾਰਨਾ ਠੀਕ ਆ ਤੇ ਇਹ ਬੱਕਰੀਆਂ ਦੀ ਤਿਆਰੀ ਦੱਸੋ ਜੀ ਜਿਵੇਂ ਦੁੱਧ ਚਵਾਈ ਦਾ ਮੇਲਾ ਹੁੰਦਾ ਹਨਾ ਸਾਰੇ ਕਿੰਨੇ ਦਿਨ ਪਹਿਲਾਂ ਕਰਨੀ ਪੈਂਦੀ ਆ ਚਵਾਈ ਆ ਤਿਆਰੀ ਇਹਨਾਂ ਦੀ ਬੱਕਰੀਆਂ ਦੀ ਉਦੋਂ ਤੋਂ ਕਰਨੀ ਪੈਂਦੀ ਆ ਠੀਕ ਆ ਲਗਾਤਾਰ ਚੱਲੀ ਜਿਹੜੀਆਂ ਬੱਕਰੀਆਂ ਲੰਮਾ ਟਾਈਮ ਬਾਅਦ ਚੋ ਬੱਕਰੀ ਦੁੱਧ ਵੱਧਦੀ ਹੈ ਤੁਹਾਨੂੰ ਬਈ ਬੱਕਰੀਆਂ ਦਿਖਾਵਾਂਗੇ ਜਿਵੇਂ ਜਿਹੜੀ ਪਹਿਲੇ ਨੰਬਰ ਤੇ ਆਈ ਆ ਖੜੀ ਆ ਕਰੀ ਬਈ ਟੇਡੀ ਜੀ ਮਾੜੀ ਜੀ ਦੇਖੀਏ ਬੱਕਰੀ ਦਿਖਾਉਣੀ ਜਿਹੜੀ ਪਹਿਲੇ ਨੰਬਰ ਕਿੰਨਾ ਦੁੱਧ ਦਿੱਤਾ ਕਾਲੇ ਨੇ ਪੌਣੇ 8 ਕਿਲੋ ਦੁੱਧ ਪੂਰਾ ਪੌਣੇ 8 ਚੌਥੇ ਨੰਬਰ ਵਾਲੀ ਕਿਹੜੀ ਆ ਜੀ ਆਪਣੀ ਇਹ ਕਾਲੀ ਉਹਦਾ ਬੱਕਰੀਆਂ ਨੇ ਸਾਰੀ ਨਾਮਾਂ ਚ ਆਈਆਂ ਨੇ ਜਿੰਨੀਆਂ ਖੜੀਆਂ ਨੇ ਜਿੰਨੇ ਦੁੱਧ ਚ ਪਾਈ ਹੋਈ ਨਾਮਾਂ ਚ ਆਈਆਂ ਠੀਕ ਹੈ ਇਹ ਚੌਥੇ ਨੰਬਰ ਵਾਲੀ ਆ ਤਿੰਨ ਕਿਲੋ ਦੁੱਧ ਦਿੱਤਾ ਠੀਕ ਆ ਤੁਸੀਂ ਵੀਡੀਓ ਬਣਾਉਂਦੇ ਸੀ ਠੀਕ ਆ ਤੇ ਮਾਨਸਾ 3 ਲੀਟਰ ਕਹਿਣਾ ਸੌਖਾ ਬਾਈ ਜੀ ਬਾਈ ਜੀ ਵੀਡੀਓ ਬਣੀ ਹੋਈ ਨੇ ਤਿੰਨੇ ਦਿਨ ਤਿੰਨੇ ਬੱਕਰੀਆਂ ਨੇ 3-3 ਲੀਟਰ ਇੱਕ ਨੇ ਤਾਂ 1-3 ਕਿਲੋ 3 ਗ੍ਰਾਮ ਉੱਤੇ ਵੀ ਕੀਤਾ ਠੀਕ ਬਾਈ ਲੋਕ ਤਾੜੀਆਂ ਮਾਰਦੇ ਸੀ ਠੀਕ ਆ ਗੱਲ ਕਹਿਣਾ ਬਹੁਤ ਔਖਾ ਵੀ ਪਰ ਮੈਂ ਤਾਂ ਵਾਅਦੇ ਨਾਲ ਕਹਿੰਦਾ ਵੀਰੇ ਮੈਂ ਤਾਂ ਜਾਣੀ ਕਿ ਤਨੋ ਮਨੋ ਜਿੱਦਣ ਦੀਆਂ ਸੂਪੀਆਂ ਸੀ ਉਸ ਸੂ ਚ ਮੈਂ ਤਾਂ ਵੀਰੇ ਫੁੱਲ ਸਾਂਭ ਰੱਖੀ ਆ ਤੈਨੂੰ ਸਾਫ ਦੱਸਾਂ ਗੱਲ ਜੇ ਸਾਂਭ ਰੱਖੀ ਤਾਂ ਫਲ ਵੀ ਤੇ ਪ੍ਰਬੰਧ ਕਿਵੇਂ ਲੱਗਿਆ ਬਾਬੇ ਦਾ ਬਾਬੇ ਦਾ ਜਿਹੜੀ ਇੰਨਾ ਵਧੀਆ ਮੈਨੂੰ ਪ੍ਰਬੰਧ ਲੱਗਿਆ ਮੈਂ 2-3 ਦਿਨ ਰੋਟੀ ਨਹੀਂ ਖਾਂਦਾ ਸਿਰੇ ਦਾ ਮੇਲਾ ਕਰਾਤਾ ਨਾ ਬਾਬੇ ਬਾਬੇ ਨੇ ਬਾਈ 2 ਵਾਰੀ ਮੇਲਾ ਕਰਾਇਆ ਅੰਡਾ ਕਰਾਇਆ ਸਾਰੇ ਭਾਈ ਖੁਸ਼ ਕਰਤੇ ਹਨ ਜਿੰਨੇ ਸਭ ਨੂੰ ਮੇਲਾ ਬੱਕਰੀ ਕਿੰਨੇ ਕਿੰਨੇ ਦਿਨਾਂ ਦੀ ਸੂਈਆਂ ਹੋਈਆਂ ਸੀ ਜਿਹੜੀਆਂ ਪਹਿਲੇ ਦੋ ਦਿਨ ਮਹੀਨੇ ਕੋਈ 1.5 ਮਹੀਨੇ ਦੀ ਹੋਊਗੀ ਅੱਛਾ ਆ ਆਪਣੇ 1 ਮਹੀਨੇ ਠੀਕ ਆ ਛੋਡੀ ਭਾਈ ਇੰਨੀ ਆਪਣੇ 20 ਦਿਨ ਵੀਰੇ 20 ਦਿਨਾਂ ਦੀ ਹਨ ਵਧਾਈਆਂ ਬਾਈ ਸਾਰਿਆਂ ਨੂੰ ਬਹੁਤ ਬਹੁਤ ਠੀਕ ਆ ਧੰਨਵਾਦ ਬਾਈ ਸਾਰੇ ਬਾਈਆਂ ਦਾ।